ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਉਸ ਨਗਰ ਚ, ਉਸ ਪਿੰਡ ਦੇ ਵਿੱਚ ਸਾਨੂੰ ਮੌਕਾ ਮਿਲਿਆ ਆਉਣ ਦਾ, ਜਿਸ ਲੋਕ ਨਾਇਕ ਨੂੰ ਕੁੱਲ ਵੱਡੇ ਵੱਡੇ ਗਾਇਕਾਂ ਨੇ ਗਾਇਆ, ਮੇਰੀ ਮੁਰਾਦ ਬਾਬਾ ਸੁੱਚਾ ਸਿੰਘ ਸੂਰਮਾ। ਦਾਤਾ ਤੇ ਭਗਤ ਸੂਰਮੇ ਜਿਉਂਦੇ ਜਗ ਰਹਿੰਦੇ ਨੇ, ਮੜੀਆਂ ਤੇ ਮੇਲੇ ਲੱਗਦੇ, ਲੋਕੀ ਇਹ ਹੁੰਦੇ। ਉਹ ਕਿਹੜਾ ਗਾਇਕ ਹੈ ਜਿਹਨੇ ਸੁੱਚਾ ਸੂਰਮਾ ਨੂੰ ਨਹੀਂ ਗਾਇਆ? ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਵੀ ਦੋ ਤਿੰਨ ਗਾਥਾ ਨਹੀਂ, ਇਹਨਾਂ ਦਾ ਪੂਰੇ ਦਾ ਪੂਰਾ LP ਰਿਕਾਰਡ ਅਸੀਂ ਗਾਇਆ ਸੀ ਸੁੱਚਾ ਸੂਰਮਾ, ਔਰ ਮਸ਼ਹੂਰ ਹੋਇਆ, ਕਿਉਂਕਿ ਇਹਨਾਂ ਦੇ ਪਿੱਛੇ ਵੀ ਕੋਈ ਫਕਰਾਂ ਪੀਰਾਂ ਫਕੀਰਾਂ ਦੀ ਲਾਈਟ ਚੱਲ ਰਹੀ ਹੈ। ਤੋ ਤੇਰਿਆਂ ਪੈਰਾਂ ਤੇ ਚੁੰਨੀ ਧਰਤੀ ਬਲਵੀਰੋ ਪਾਪੀ, ਹਾਂਜੀ। ਇਸ ਤੋਂ ਇਲਾਵਾ ਕੱਚ ਦਾ ਗਲਾਸ ਮੰਜੇ ਥੱਲੇ, ਰੋੜ ਤਾਂ ਪੈਰ ਮਾਰ ਸੁੱਚੇ ਨੇ। ਸੋ ਐਡੀ ਵੱਡੀ ਗਾਥਾ ਦੇ ਇਸ ਨਾਇਕ ਨੂੰ ਕਰੋੜਾਂ ਵਾਰ ਅਸੀਂ ਪ੍ਰਣਾਮ ਕਰਦੇ ਹਾਂ, ਕਿਉਂਕਿ ਸੂਰਮੇ ਤਾਂ ਮਾਵਾਂ ਹੀ ਜਨਮ ਦਿੰਦੇ ਆ। ਸੋ ਇੰਨੀ ਖੁਸ਼ੀ ਹੋਈ ਹੈ, ਔਰ ਇੱਥੇ ਆ ਕੇ ਸਰਪੰਚ ਸਾਹਿਬ ਔਰ ਸਾਡੇ ਪਰਮ ਮਿੱਤਰ ਜੱਸੀ ਹੋਰੀ ਮੇਰੇ ਨਾਲ, ਕੌਰ ਰਾਜੀ ਜੀ, ਅਤੇ ਸਪੈਸ਼ਲ ਮੇਰੇ ਨਾਲ ਮੇਰੇ ਪੁਰਾਣੇ ਸਿੰਗਰ ਬੀਬਾ ਜੀ, ਉਹ ਵੀ ਆਏ ਹੋਏ ਨੇ, ਊਸ਼ਾ ਕਿਰਨ ਜੀ। ਸੋ ਮੈਂ ਇਹੀ ਕਹੂੰਗਾ ਕਿ ਬੱਚਿਆਂ ਨੂੰ ਇਹਨਾਂ ਦੀਆਂ ਗਾਥਾ ਸੁਣਾ ਕੇ ਕੁਝ ਉਹਨਾਂ ਨੂੰ ਹੋਰ ਸਮਝ ਆਵੇ ਕਿ ਸੂਰਮ ਗਤੀ ਕੀ ਹੁੰਦੀ ਹੈ। ਸੋ ਇਹਨਾਂ ਲੋਕਾਂ ਨੇ ਉਹ ਪੂਰਨੇ ਪਾ ਤੇ, ਉਹਨਾਂ 'ਤੇ ਚੱਲ ਕੇ ਆਪਾਂ ਆਉਣ ਵਾਲਾ ਭਵਿੱਖ ਹੋਰ ਖੂਬਸੂਰਤ ਬਣਾਈਏ। ਸੋ ਇਹਦੇ ਨਾਲ ਮੈਂ ਇੱਥੇ ਦੀ ਪੰਚਾਇਤ ਦਾ ਔਰ ਆਪਣੇ ਆਪ ਨੂੰ ਬੜਾ ਮਾਣ ਮਤਾ ਫੀਲ ਕਰ ਰਿਹਾ। ਮੇਰੀ ਸਾਰੀ ਟੀਮ, ਸਾਡਾ ਅੱਜ ਇੱਥੇ ਪ੍ਰੋਗਰਾਮ ਸੀ। ਸੋ ਫਿਰ ਜਦੋਂ ਕਿਤੇ ਮੌਕਾ ਮਿਲਿਆ ਤਾਂ ਇੱਥੇ ਖਾਣਾ ਵੀ ਲਾਵਾਂਗੇ ਅਤੇ ਸਾਰਾ ਦਿਨ ਉਦਨ ਸੁੱਚਾ ਸੂਰਮਾ ਹੀ ਸੁਣਾਇਆ ਜਾਊਗਾ। ਸਤਿ ਸ਼੍ਰੀ ਅਕਾਲ ਜੀ।